ਹੈਲੋ एवरीवन वेलकम टू स्ट्रे शॉर्टकट्स हियर स्टडी बिकम्स इजीओ तो ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਚੁੱਕੇ ਹਾਂ ਜੀ ਅਫੀਸ਼ੀਅਲ ਵੈਬਸਾਈਟ ਆਫ ডিপਾਰਟਮੈਂਟ ਆਫ ਸਕੂਲ এডਿਕੇਸ਼ਨ एसएससी ਦੀ ਅਫੀਸ਼ੀਅਲ ਵੈਬਸਾਈਟ ਤੇ ਬਹੁਤ ਸਾਰੇ ਕਮੈਂਟਸ ਆ ਰਹੇ ਸੀਗੇ ਕਿ मैम पीएस टेट ਦਾ ਜਿਹੜਾ ਰਿਵਾਈਜ਼ਡ ਰਿਜ਼ਲਟ ਹੈਗਾ 2016 ਦਾ 2011 ਦਾ ਉਹ ਸਾਨੂੰ ਨਹੀਂ ਮਿਲ ਰਿਹਾ ਸੀ ਕਿਸ ਤੋਂ ਦੇਖੀਏ ਕਿਥੋਂ ਓਪਨ ਕਰੀਏ ਰਿਵਾਈਵਡ ਰਿਜ਼ਲਟ ਤਾਂ ਉਹਦੇ ਰਿਲੇਟ ਆਪੇ ਵੀਡੀਓ ਬਣਾਈ ਹੈ ਕਿ ਤੁਸੀਂ ਆਪਣੇ ਰਿਵਾਈਵਡ ਰਿਜ਼ਲਟ ਜਿਹੜੇ ਹੈਗੇ ਆ ਉਹ ਕਿਵੇਂ ਦੇਖ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਤੁਸੀਂ ਇਸ ਦੀ ਨੀਚੇ ਜਾਓਗੇ ਇਸ ਪੂਰੀ ਨੇਵੀ ਦਿੱਲੀ ਸਰਕੂਲਰਜ਼ ਹਨ ਜਿਵੇਂ ਤੁਸੀਂ ਇਸ ਵਿੱਚ ਨੀਚੇ ਜਾਂਦੇ ਹੋ ਤਾਂ ਨੀਚੇ ਪ੍ਰੀਵੀਅਸ ਸਰਕੂਲਰਜ਼ ਜਿਹੜੇ ਆ ਅਲੱਗ-ਅਲੱਗ ইয়ারਜ਼ ਦੇ ਪਏ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਪ੍ਰੀਵियस ইয়ার ਦੇ ਸਰਕੂਲਰਸ ਤੇ ਇਹਦੇ ਵਿੱਚ ਤੁਸੀਂ 2017 ਵੱਲੇ ਜਿਹੜੇ ਸਰਕੂਲਰਸ ਹੈਗੇ ਇਸ ਤੇ ਕਲਿੱਕ ਕਰਨਾ ਹੈ ਜਿਵੇਂ ਆਪਾਂ ਕਲਿੱਕ ਕਰਦੇ 2017 ਦੇ ਸਾਰੇ ਸਰਕੂਲਰਸ ਜਿਹੜੇ ਆਪਣੇ ਕੋਲ ਓਪਨ ਹੋ ਜਾਂਦੇ ਆ ਇਹਦੇ ਵਿੱਚ ਤੁਸੀਂ ਜਾਣਦੇ ਜੀ 25 ਅਕਤੂਬਰ 2017 ਮਰੀ ਡੇਟ 25 ਅਕਤੂਬਰ 2017 ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 25 ਅਕਤੂਬਰ ਨੂੰ ਜਿਹੜੇ ਆ ਇੱਥੇ ਸਾਰੇ ਰਿਵਾਈਜ਼ ਰਿਜ਼ਲਟ ਪਈਆਂ ਪੀਐਸ2 ਪੀਐਸਟੈਟ2 ਰਿਵਾਈਜ਼ ਰਿਜ਼ਲਟ 2016 ਪੀਐਸਟੈਟ1 ਰਿਜ਼ਲਟ 2016 ਮਤਲਬ ਪੀਐਸਟ 2016 ਦੇ ਦੋਨੋਂ ਜਿਹੜੇ ਪੀਐਸਟ ਦੇ ਰਿਜ਼ਲਟ ਪਈ ਰਿਵਾਈਜ਼ਡ ਇਸੇ ਤਰ੍ਹਾਂ 2015 ਦੇ ਦੋਨੋਂ ਪਏ ਆ ਤੇ ਉਸ ਤੋਂ ਬਾਅਦ ਤੁਸੀਂ ਨੀਚੇ ਹੀ ਦੇਖ ਸਕਦੇ ਹੋ 24 ਅਕਤੂਬਰ ਦਾ ਜਿਹੜਾ ਹੈਗਾ ਜੀ ਉਸ ਦਾ 2011 ਦਾ ਹੈ ਪਬਲਿਕ ਨੋਟਿਸ ਰਿਗਾਰਡਿੰਗ ਰਿਵਾਈਜ਼ਡ ਰਿਜ਼ਲਟ ਪੀਐਸਟ 2 ਰਿਜ਼ਲਟ 2011 ਰਿਵਾਈਜ਼ਡ ਰਿਜ਼ਲਟ ਵੀ ਇੱਥੇ ਨਾਲ ਹੀ ਦਿੱਤਾ ਹੋਇਆ ਹੈ ਤੇ ਇੱਥੇ ਸਾਰੇ ਰਿਵਾਈਜ਼ਡ ਰਿਜ਼ਲਟ ਜਿਨੇ ਵੀ ਰਿਜ਼ਲਟ ਰਿਵਾਈਜ਼ ਹੋਈ ਸੀ ਉਹਰੇ ਦਿੱਤੇ ਹੋਏ ਆ ਤੁਸੀਂ ਇੱਥੇ ਜਾ ਕੇ ਆਪਣਾ ਰਿਜ਼ਲਟ ਜਿਹੜਾ ਦੇਖ ਸਕਦੇ ਹੋ ਤੇ ਸਾਰੇ ਜਿਹੜੇ ਰਿਜ਼ਲਟ ਹੈ ਮੈਂ ਓਪਨ ਕਰਕੇ ਦੇਖਿਆ ਆਪ ਦੇਖੋ ਸਾਰੇ ਓਪਨ ਹੋ ਰਿਹਾ ਇਹਦੇ ਵਿੱਚ ਸਭ ਕੁਝ ਜਿਹੜਾ ਰਿਜ਼ਲਟ ਆ ਉਹ ਦਿਖਾਈ ਦੇ ਰਿਹਾ ਹੈ ਕੁਆਲੀਫਾਈ ਮਾਰਕਸ ਵਗੈਰਾ ਸਭ ਦਿਖਾਈ ਦੇ ਦੇ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਹਦੇ ਮਾਰਕਸ ਜਿਹੜੇ ਆ ਉਹ ਇਨਕਰੀਜ਼ ਹੋਏ ਆ ਜਿਨ੍ਹਾਂ ਦੇ ਮਾਰਕਸ ਪਹਿਲਾਂ ਪਾਸ ਸੀਗਾ ਕੈਂਡੀਡੇਟ ਔਰ ਉਹਦੇ ਮਾਰਕਸ ਜਿਹੜੇ ਹੁਣ ਇਨਕਰੀਜ਼ ਹੋ ਗਏ ਤਾਂ ਉਹਦੋਂ ਜਿਹੜਾ ਸਰਟੀਫਿਕੇਟ ਆਲਰੇਡੀ ਮਿਲਿਆ ਹੋਇਆ ਉਹਦੀ ਵੈਲਿਡਿਟੀ ਜਿਹੜੀ ਆ ਐਕਸਟੈਂਡ ਹੋ ਜਾਏਗੀ ਉਹਦੀ ਵੈਲਿਡਿਟੀ ਹੁਣ ਰਿਵਾਈਜ਼ਡ ਰਿਜ਼ਲਟ ਜਦੋਂ ਰਿਜ਼ਲਟ ਰਿਵਾਈਜ਼ ਹੋਇਆ ਸੀ ਉਦੋਂ ਤੋਂ ਲੈ ਕੇ ਉਹਦੀ 7 ਸਾਲ ਅੱਗੇ ਮੰਨੀ ਜਾਏਗੀ ਸਗੀ ਜੀ ਇੰਪੋਰਟੈਂਟ ਇਨਫ ਕਿ ਤੁਸੀਂ ਆਪਣਾ ਪੀਐਸਟ ਐਟ ਦਾ ਰਿਵਾਈਜ਼ਡ ਰਿਜ਼ਲਟ 2016 ਦਾ 2015 ਦਾ 2011 ਦਾ ਤੇ ਇਸ ਤੋਂ ਪਹਿਲਾਂ 2017 ਦਾ ਤੁਸੀਂ ਕਿਵੇਂ ਚੈੱਕ ਕਰਨਾ ਉਹ ਆਪਾਂ ਆਪਣੀ ਵੀਡੀਓ ऑलरेडी ਬਣਾਈ ਹੋਈ ਹੈ ਲਿੰਕ ਨੂੰ ਵਾਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ ਤੁਸੀਂ ਆਪਣਾ ਪੀਐਸਟ ਐਟ ਦਾ ਰਿਵਾਈਜ਼ਡ ਰਿਜ਼ਲਟ ਹੈ ਚੈੱਕ ਕਰ ਸਕਦੇ ਹੋ ਜੀ ਤੇ ਇਸ ਦੀ ਜੀ ਇਨਫੋਰਮੇਸ਼ਨ ਆਪ ਤੁਹਾਡੇ ਲਈ 유ਸਫੁਲ ਰਹੀ ਹੋਏਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਤੱਕ ਹਰ ਇੱਕ ਇਨਫੋਰਮੇਸ਼ਨ ਟਾਈਮ ਸੇ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ ਟੈਲੀਗ੍ਰਾਮਰ ਫੇਸਬੁੱਕ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਟੈਲੀਗ੍ਰਾਮ ਚੈਨਲ ਤੇ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਟਾਈਮ ਸੇ ਤੇ ਸਭ ਤੋਂ ਪਹਿਲਾਂ ਮਿਲੇਗੀ ਤੇ ਨਾਲ ਹੀ ਤੁਹਾਨੂੰ ਉੱਥੇ ਅਲੱਗ-ਅਲੱਗ ਸਬਜੈਕਟ ਦੇ ਕੁਇਜ਼ ਜਿਹੜੇ ਆ ਉਹ ਸੋਲਵ ਕਰਵਾਏ ਜਾਂਦੇ ਆ ਤੁਸੀਂ ਉਹ ਕੁਇਜ਼ ਨੂੰ ਵੀ ਸੋਲਵ